ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਬੱਚਿਆਂ ਦੇ ਸਭ ਤੋਂ ਪਸੰੰਦਾ ਡੋਨਟ ਜਿਹੜੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਘਰ ਵਿੱਚ ਵੀ ਤਿਆਰ ਕਰ ਸਕਦੇ ਹਾਂ ਤੇ ਆਓ ਅਸੀਂ ਇਹਨਾਂ ਨੂੰ ਬਣਾਈਏ ਸਭ ਤੋਂ ਪਹਿਲਾਂ ਅਸੀਂ ਇੱਕ ਬੌਲ ਲੈ ਲਵਾਂਗੇ ਉਹਦੇ ਵਿੱਚ ਪਾਵਾਂਗੇ 1 ਕੱਪ ਮੈਦਾ ਤੇ ਅੱਧਾ ਕੱਪ ਅਸੀਂ ਇਸੇ ਮਤਲਬ ਜਿੰਨਾ ਅਸੀਂ ਮੈਦਾ ਲਿਆਇਆ ਦਾ ਹਾਫ ਅਸੀਂ ਪੀਸੀ ਹੋਈ ਖੰਡ ਪਾ ਦਵਾਂਗੇ 슈ਗਰ ਪਾਵਾਂਗੇ ਹਾਫ ਕੱਪ ਤੇ ਅੱਧਾ ਚਮਚ ਅਸੀਂ ਪਾਵਾਂਗੇ ਬੇਕਿੰਗ ਸੋਡਾ ਤੇ 1 ਚਮਚ ਅਸੀਂ ਪਾਵਾਂਗੇ ਬੇਕਿੰਗ ਪਾਊਡਰ ਤੇ 2 ਚਮਚ ਅਸੀਂ ਪਾ ਦਵਾਂਗੇ ਘਿਓ ਦੇ ਜਾਂ ਔਇਲ ਦੇ ਤੇ ਅੱਧਾ ਕੱਪ ਅਸੀਂ ਪਾਵਾਂਗੇ ਦਹੀਂ ਦਾ ਤੇ ਅੱਧਾ ਕੱਪ ਦਹੀਂ ਦਾ ਪਾ ਕੇ ਅਸੀਂ ਆਟੇ ਨੂੰ ਹੁਣ ਚੰਗੀ ਤਰ੍ਹਾਂ ਗੁੰਨ ਲਵਾਂਗੇ ਸੌਫਟ ਜਿਹਾ ਆਪਾਂ ਡੋ ਲਾ ਕੇ ਤਿਆਰ ਕਰ ਲਵਾਂਗੇ ਡੋਨਟ ਬਣਾਨੇ ਬਹੁਤ ਜ਼ਿਆਦਾ ਈਜ਼ੀ ਨੇ ਇਹਨੂੰ ਹਰ ਕੋਈ ਘਰ ਵਿੱਚ ਬਣਾ ਸਕਦਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਇਹਨਾਂ ਨੂੰ ਖਾਂਦੇ ਨੇ ਤੇ ਲੋ ਜਿਹੜਾ ਸਾਡਾ ਆਟਾ ਹੈਗਾ ਆਪਾਂ ਸੌਫਟ ਜਿਹਾ ਇਸ ਤਰ੍ਹਾਂ ਗੁੰਨ ਕੇ ਤਿਆਰ ਕਰ ਲਵਾਂਗੇ ਅਸੀਂ ਪਾਣੀ ਬਿਲਕੁਲ ਨਹੀਂ ਪਾਣਾ ਦਹੀਂ ਦੇ ਨਾਲ ਹੀ ਆਟਾ ਗੁੰਨ ਕੇ ਤਿਆਰ ਕਰਾਂਗੇ ਹੁਣ ਇਹਨੂੰ ਟੱਕ ਦਵਾਂਗੇ ਅੱਧੇ ਘੰਟੇ ਦੇ ਲਈ ਅੱਧੇ ਘੰਟੇ ਬਾਅਦ ਅਸੀਂ ਇਹਨੂੰ ਦੇਖਾਂਗੇ ਆਟਾ ਗੁੰਨ ਕੇ ਰੱਖ ਦਵਾਂਗੇ ਅੱਧੇ ਘੰਟੇ ਲਈ ਅੱਧਾ ਘੰਟਾ ਹੋ ਚੁੱਕਾ ਹੈ ਹੁਣ ਅਸੀਂ ਦੇਖਾਂਗੇ ਜਿਹੜਾ ਸਾਡਾ ਆਟਾ ਹੈ ਦੇਖੋ ਥੋੜਾ ਫੁੱਲ ਗਿਆ ਹੈ ਆ ਦੇਖ ਤੇ ਇਹਨੂੰ ਅਸੀਂ ਪਹਿਲਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਲ ਕੇ ਸਲੇਬ ਦੇ ਉੱਤੇ ਹੀ ਅਸੀਂ ਥੋੜਾ ਜਿਹਾ ਆਟਾ ਪਾ ਕੇ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਮਲ ਲੈਂਦੇ ਆ ਸਲੇਬ ਦੇ ਉੱਪਰ ਥੋੜਾ ਜਿਹਾ ਆਟਾ ਪਾ ਕੇ ਹੁਣ ਅਸੀਂ ਆਪਣਾ ਇਹ ਵਾਲਾ ਪੇੜਾ ਰੱਖਾਂਗੇ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਬੇਲਣ ਤੋਂ ਪਹਿਲਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਪਹਿਲਾਂ ਤਾਂ ਆਪਾਂ ਗੋਲ ਜਿਹਾ ਪੇੜਾ ਬਣਾ ਲੈਂਦੇ ਆ ਵੱਡਾ ਜਿਹਾ ਅਸੀਂ ਇੱਕ ਵਾਰ ਚ ਵੀ ਮਤਲਬ ਇਕੱਠੇ ਬੇਲ ਸਕਦੇ ਆ ਤੇ ਇੱਕ ਇੱਕ ਵੀ ਬੇਲ ਸਕਦੇ ਆ ਇਸ ਕਰਕੇ ਪਰ ਅਸੀਂ ਇਕੱਠੇ ਹੀ ਇਹਦੀ ਇੱਕ ਵੱਡੀ ਜੀ ਰੋਟੀ ਬਣਾ ਲਵਾਂਗੇ ਰੋਟੀ ਵਾਂਗ ਥੋੜੀ ਮੋਟਾ ਜਿ ਜਿਆਦਾ ਮੋਟਾ ਨਹੀਂ ਰੱਖਣਾ ਜਿੰਨਾ ਘੱਮ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਫਰਾਈ ਕਰਨਾ ਹੈਗਾ ਇਹ ਉਦੋਂ ਵੀ ਫੁੱਲਦੇ ਹੈਗੇ ਬਾਅਦ ਵਿੱਚ ਕਿਉਂਕਿ ਅਸੀਂ ਇਹਦੇ ਵਿੱਚ ਬੇਕਿੰਗ ਪਾਊਡਰ ਬੇਕਿੰਗ ਸੋਡਾ ਜੋ ਵੀ ਪਾਇਆ ਉਹਦੇ ਕਰਕੇ ਵੀ ਇਹ ਫੁੱਲਦੇ ਆ ਇਸ ਕਰਕੇ ਅਸੀਂ ਇੰਨੀ ਕੁ ਮੋਟਾਈ ਰੱਖਣੀ ਹੈ ਜਿਆਦਾ ਮੋਟਾ ਨਹੀਂ ਰੱਖਣਾ ਹੈ ਇਸ ਸਾਈਜ਼ ਦੀ ਅਸੀਂ ਵੱਡੀ ਜੀ ਰੋਟੀ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਅਸੀਂ ਵੱਡੀ ਜੀ ਰੋਟੀ ਬਣਾ ਕੇ ਤਿਆਰ ਕਰ ਲਿਆ ਹੁਣ ਅਸੀਂ ਇੱਕ ਗਲਾਸ ਲਵਾਂਗੇ ਜਿਹਦੇ ਨਾਲ ਅਸੀਂ ਇਹਦੇ ਦੇ ਜਿਹੜੇ ਡੋਨਟ ਦੀ ਜਿਹੜੀ ਸ਼ੇਪ ਦੇਣੀ ਕੋਈ ਗਲਾਸ ਜਾਂ ਕੋਲੀ ਇੰਨੇ ਕ ਸਾਈਜ਼ ਦਾ ਸੀ ਲੈ ਲਵਾਂਗੇ ਇਹਦੇ ਨਾਲ ਅਸੀਂ ਪਹਿਲਾਂ ਇਸ ਤਰ੍ਹਾਂ ਗੋਲ-ਗੋਲ ਸਾਰੇ ਕੱਟ ਲਗਾ ਲਵਾਂਗੇ ਸਾਰੇ ਕੱਟ ਲਗਾ ਕੇ ਅਸੀਂ ਰੱਖ ਲਵਾਂਗੇ ਇਸ ਤਰ੍ਹਾਂ ਫਿਰ ਅਸੀਂ ਆਪਣੇ ਕੱਲੇ-ਕੱਲੇ ਪੀਸ ਨੂੰ ਬਾਹਰ ਕੱਟ ਲਵਾਂਗੇ ਸਾਰੇ ਪੀਸ ਅਸੀਂ ਕੱਟ ਕੇ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਜਿਹੜਾ ਇਹ ਆਟਾ ਹੋਏਗਾ ਅਸੀਂ ਦੁਬਾਰਾ ਤਾਂ ਫਿਰ ਇਹਦਾ ਪੇੜਾ ਬਣਾ ਕੇ ਤੇ ਫਿਰ ਅਸੀਂ ਡੋਨਟ ਤਿਆਰ ਕਰਾਂਗੇ ਹੁਣ ਅਸੀਂ ਇਹ ਕਹੇ ਤੇਲ ਵਾਲੀ ਬੋਤਲ ਦਾ ਇਸ ਤਰ੍ਹਾਂ ਢੱਕਣ ਲੈ ਲਵਾਂਗੇ ਉਸ ਢੱਕਣ ਦੇ ਨਾਲ ਅਸੀਂ ਇਹਨਾਂ ਦੇ ਵਿੱਚ ਇਸ ਤਰ੍ਹਾਂ ਵਿਚਕਾਰ ਜੀ ਗੋਲ-ਗੋਲ ਕੱਟ ਲਗਾ ਲਵਾਂਗੇ ਸਾਰਿਆਂ ਦੇ ਅਸੀਂ ਗੋਲ-ਗੋਲ ਕੱਟ ਲਗਾ ਕੇ ਰੱਖ ਲੈਂਦੇ ਆ ਸਾਰੇ ਇਸ ਤਰ੍ਹਾਂ ਗੋਲ ਕੱਟ ਲਗਾਉਣ ਤੋਂ ਬਾਅਦ ਅਸੀਂ ਇਹਨਾਂ ਦੇ ਵਿੱਚੋਂ ਇਹ ਗੋਲ-ਗੋਲ ਜਿਹੜੇ ਹੈਗੇ ਆ ਉਹ ਕੱਟ ਦਵਾਂਗੇ ਤੇ ਇਸ ਤਰ੍ਹਾਂ ਅਸੀਂ ਸਾਰੇ ਜਿਹੜੇ ਡੌਨਟ ਆ ਤਿਆਰ ਕਰ ਲਵਾਂਗੇ ਲੋ ਜੀ ਅਸੀਂ ਇੱਕ ਪਲੇਟ ਦੇ ਵਿੱਚ ਆਪਣੇ ਸਾਰੇ ਡੋਨਟ ਕੱਢ ਕੇ ਤਿਆਰ ਕਰ ਲਏ ਨੇ ਤੇ ਹੁਣ ਅਸੀਂ ਗੈਸ ਉੱਤੇ ਰੱਖਾਂਗੇ ਤੇਲ ਤੁਸੀਂ ਤੇਲ ਵੀ ਰੱਖ ਸਕਦੇ ਹੋ ਜਾਂ ਦੇਸੀ ਘਿਓ ਵੀ ਰੱਖ ਸਕਦੇ ਹੋ ਪਰ ਮੈਂ ਦੇਸੀ ਘਿਓ ਰੱਖਿਆ ਹੈ ਜਦੋਂ ਤੇਲ ਗਰਮ ਹੋ ਜਾਏਗਾ ਜਾਂ ਘਿਓ ਗਰਮ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਆਪਣਾ ਡੋਨਟ ਪਾਵਾਂਗੇ ਤੇ ਉਹਨੂੰ ਫਰਾਈ ਕਰਾਂਗੇ ਲੋ ਜੀ ਇੱਕ ਇੱਕ ਕਰਕੇ ਅਸੀਂ ਸਾਰੇ ਡੋਨਟ ਪਾ ਦਵਾਂਗੇ ਤੇ ਜਿਹੜਾ ਸਾਡਾ ਆਟਾ ਬਚਿਆ ਸੀ ਜਿਹੜੇ ਇਹਦੇ ਵਿੱਚੋਂ ਵੀ ਗੋਲ ਗੋਲ ਨਿਕਲੇ ਸੀ ਉਹ ਆਪਾਂ ਕੁਛ ਵੀ ਬੇਸਟੇਜ ਨਹੀਂ ਜਾਣ ਦੇਣਾ ਸਾਰੇ ਨੂੰ ਦੁਆਰਾ ਤੋਂ ਹੇਰ ਅਸੀਂ ਪੇੜਾ ਬਣਾ ਲਿਆ ਹੈ ਤੇ ਉਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਕਰਕੇ ਤਿਆਰ ਕਰ ਲਵਾਂਗੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਜਿੰਨਾ ਕ ਅਸੀਂ ਇੱਕ ਕੱਪ ਆਟਾ ਲਿਆ ਸੀਗਾ ਉਹਦੇ ਘੱਟੋ ਘੱਟ 15 ਡੋਨਟ ਆਰਾਮ ਨਾਲ ਬਣ ਜਾਂਦੇ ਆ ਤੇ ਹੁਣ ਅਸੀਂ ਇਹਨਾਂ ਦੀ ਸਾਈਡ ਕਰ ਦਵਾਂਗੇ ਚੇਂਜ ਤੇ ਇਹਨਾਂ ਨੂੰ ਬਿਲਕੁਲ ਸਲੋ ਜੀ ਗੈਸ ਉੱਤੇ ਇਹਨਾਂ ਨੂੰ ਅਸੀਂ ਦਵਾਂਗੇ ਪੱਕਨ ਲੋ ਜਿਹੜੇ ਡੋਨਟ ਹੈਗੇ ਸਾਡੇ ਪੱਕੇ ਤਿਆਰ ਹੋ ਚੁੱਕੇ ਆ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੇ ਜਿਹੜੇ ਸਾਡੇ ਬਾਕੀ ਦੇ ਡੋਨਟ ਵੀ ਹੈਗੇ ਆ ਅਸੀਂ ਉਹਨਾਂ ਨੂੰ ਵੀ ਫਰਾਈ ਹੋਣ ਲਈ ਪਾ ਦਿੰਦੇ ਆ ਤੇ ਇਹ ਡੋਨਟ ਨੂੰ ਅਸੀਂ ਹੁਣ ਠੰਡੇ ਹੋਣ ਲਈ ਇੱਕ ਸਾਈਡ ਤੇ ਦਵਾਂਗੇ ਰੱਖ ਹੁਣ ਆਪਾਂ ਡੋਨਟ ਦੇ ਉੱਪਰ ਜਿਹੜੀ ਚਾਕਲੇਟ ਲਗਾਣੀ ਆ ਉਹਦੇ ਵਾਸਤੇ ਅਸੀਂ ਇੱਕ ਡੈਰੀ ਮਿਲਕ ਲਵਾਂਗੇ ਤੇ ਇੱਕ ਮਿਲਕੀ ਬਾਰ ਲੈ ਲਵਾਂਗੇ ਪਹਿਲਾਂ ਅਸੀਂ ਡੈਰੀ ਮਿਲਕ ਨੂੰ ਇੱਕ ਕੌਲੀ ਦੇ ਵਿੱਚ ਛੋਟਾ ਛੋਟਾ ਕੱਟ ਕੇ ਪਾ ਲਵਾਂਗੇ ਤੇ ਨਾਲ ਹੀ ਅਸੀਂ ਜਿਹੜੀ ਮਿਲਕੀ ਬਾਰ ਆ ਉਹਨੂੰ ਆਪਾਂ ਦੂਸਰੀ ਕੌਲੀ ਦੇ ਵਿੱਚ ਪਾ ਲਵਾਂਗੇ ਦੋਨੇ ਚਾਕਲੇਟ ਅਸੀਂ ਦੋ ਕੋਲੀਆਂ ਦੇ ਵਿੱਚ ਪਾ ਦਵਾਂਗੇ ਹੁਣ ਅਸੀਂ ਇੱਕ ਗੈਸ ਉੱਤੇ ਫਰਾਈਪੈਨ ਰੱਖਾਂਗੇ ਤੇ ਉਹਦੇ ਵਿੱਚ ਪਾਣੀ ਰਿੱਜਨ ਨੂੰ ਰੱਖ ਦਵਾਂਗੇ ਜਿਹੜੀ ਇਹ ਚਾਕਲੇਟ ਹੈਗੀ ਅਸੀਂ ਇਹਨੂੰ ਮੈਲਟ ਕਰਨਾ ਜਦੋਂ ਪਾਣੀ ਨੂੰ ਉਬਾਲ ਆਣਾ ਸ਼ੁਰੂ ਹੋ ਜੇ ਫਿਰ ਅਸੀਂ ਇਹ ਵਾਲੀ ਕੋਲੀ ਇਸ ਤਰ੍ਹਾਂ ਫੜ ਕੇ ਇਹਦੇ ਵਿੱਚ ਪਾਵਾਂਗੇ ਤੇ ਆਪਣੀ ਚਾਕਲੇਟ ਨੂੰ ਕਰਾਂਗੇ ਮੈਲਟ ਤੇ ਇਹਦੇ ਵਿੱਚ ਆਪਾਂ ਲੋੜ ਪੈਣ ਤੇ ਥੋੜਾ ਜਿਹਾ ਦੁੱਧ ਪਾ ਸਕਦੇ ਹਾਂ ਥੋੜਾ ਥੋੜਾ ਦੁੱਧ ਪਾ ਸਕਦੇ ਆ ਜੇ ਮਤਲਬ ਜੇ ਚਾਕਲੇਟ ਥੋੜੀ ਜ਼ਿਆਦਾ ਸੰਘਣੀ ਹੋਵੇ ਸਾਨੂੰ ਲੱਗੇ ਤੇ ਫਿਰ ਅਸੀਂ ਥੋੜਾ ਦੁੱਧ ਪਾ ਕੇ ਉਹਨੂੰ ਪਤਲੀ ਕਰ ਸਕਦੇ ਹਾਂ ਇਸ ਤਰ੍ਹਾਂ ਅਸੀਂ ਇਹਨੂੰ ਹਿਲਾ ਲਵਾਂਗੇ ਤੇ ਨੂੰ ਅਸੀਂ ਇਸ ਤਰ੍ਹਾਂ ਅਸੀਂ ਚਮਚ ਦੇ ਨਾਲ ਥੋੜਾ ਥੋੜਾ ਦੁੱਧ ਪਾ ਲਵਾਂਗੇ ਤੇ ਚਾਕਲੇਟ ਨੂੰ ਅਸੀਂ ਮੈਲਟ ਕਰ ਲੈਂਦੇ ਆ ਜਦੋਂ ਸਾਡੀ ਚਾਕਲੇਟ ਬਿਲਕੁਲ ਲਿਕਵਿਡ ਫਾਰਮ ਚ ਹੋ ਜਾਏਗੀ ਇਸ ਤਰ੍ਹਾਂ 10 ਮਿੰਟ ਤੱਕ ਅਸੀਂ ਇਹਨੂੰ ਗਰਮ ਪਾਣੀ ਦੇ ਵਿੱਚ ਇਸ ਤਰ੍ਹਾਂ ਕੋਲੀ ਰੱਖਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮੈਲਟ ਕਰ ਲਵਾਂਗੇ ਇਸੇ ਤਰ੍ਹਾਂ ਹੀ ਸੇਮ ਪ੍ਰੋਸੈਸ ਦੇ ਨਾਲ ਅਸੀਂ ਜਿਹੜੀ ਮਿਲਕੀ ਵਾਰ ਹੈਗੀ ਆ ਉਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਮੈਲਟ ਕਰਨਾ ਹੈ ਮਿਲਕੀ ਵਾਰ ਜਿਹੜੀ ਹੈਗੀ ਇਹ ਵੀ ਸਾਡੀ ਮੈਲਟ ਹੋ ਕੇ ਤਿਆਰ ਹੋ ਚੁੱਕੀ ਆ ਮਤਲਬ ਅਸੀਂ ਥੋੜਾ ਥੋੜਾ ਇੱਥੇ ਦੁੱਧ ਪਾ ਕੇ ਇਸ ਤਰ੍ਹਾਂ ਇਹਨੂੰ ਲਿਕਵਿਡ ਫਾਰਮ ਵਿੱਚ ਕਰ ਲ ਤੇ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਤਿਆਰ ਡੋਨਟ ਜਿਹੜੇ ਸਾਡੇ ਆ ਠੰਡੇ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਨਾਂ ਤੇ ਚਾਕਲੇਟ ਨੂੰ ਲਗਾਵਾਂਗੇ ਜਿਹੜੀ ਵਾਈਟ ਵਾਲੀ ਮਿਲਕੀ ਬਾਰ ਹੈਗੀ ਐ ਇਹਨੂੰ ਅਸੀਂ ਇਸ ਤਰ੍ਹਾਂ ਦੇ ਇੱਕ ਜਿਹੜਾ ਆਈਸਿੰਗ ਬੈਗ ਹੁੰਦਾ ਉਹਦੇ ਵਿੱਚ ਪਾ ਲਵਾਂਗੇ ਹੁਣ ਅਸੀਂ ਇੱਥੇ ਇੱਕ ਡੋਨਟ ਚੱਕਾਂਗੇ ਤੇ ਇਹਨੂੰ ਅਸੀਂ ਇਹ ਜਿਹੜੀ ਡੇਰੀ ਮਿਲ ਕੇ ਇਹਦੇ ਵਿੱਚ ਡਿਪ ਕਰਾਂਗੇ ਇਸ ਤਰ੍ਹਾਂ ਤੇ ਨਾਲ ਹੀ ਅਸੀਂ ਇਸ ਤਰ੍ਹਾਂ ਥੋੜਾ ਪੂੰਝ ਕੇ ਮਤਲਬ ਸਾਈਡ 'ਤੇ ਜਿਹੜਾ ਐਕਸਟਰਾ ਚਾਕਲੇਟਾ ਨੂੰ ਸਾਈਡ ਤੇ ਕਰ ਦੇਵਾਂਗੇ ਤੇ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਇਸੇ ਤਰ੍ਹਾਂ ਸਾਰੇ ਜਿਹੜੇ ਆਪਣੇ ਡੋਨਟ ਹੈਗੇ ਆ ਪਲੇਟ ਦੇ ਵਿੱਚ ਰੱਖ ਕੇ ਲੈਂਦੇ ਆ ਸਾਰੇ ਡੋਨਟ ਅਸੀਂ ਪਲੇਟ ਦੇ ਵਿੱਚ ਰੱਖ ਲਿਆ ਹੁਣ ਜਿਹੜੀ ਅਸੀਂ ਮਿਲਕੀ ਵਾਰ ਲਈ ਸੀਗੀ ਅਸੀਂ ਉਹਦੇ ਦੇ ਨਾਲ ਇਹਦੇ ਉੱਪਰ ਉਹਦੀ ਹਲਕਾ ਹਲਕਾ ਇਸ ਤਰ੍ਹਾਂ ਪਾਵਾਂਗੇ ਥੋੜੀ ਜਿਹੀ ਡੈਕੋਰੇਸ਼ਨ ਕਰ ਦਵਾਂਗੇ ਹੁਣ ਅਸੀਂ ਇਹਦੇ ਉੱਪਰ ਜੀ ਥੋੜੇ ਜਿਹੇ ਸਪ੍ਰਿੰਕਲ ਪਾ ਦਵਾਂਗੇ ਹੁਣ ਅਸੀਂ ਸਪ੍ਰਿੰਕਲ ਪਾਣ ਤੋਂ ਬਾਅਦ ਥੋੜੇ ਜਿ starcore ਹੈਗੇ ਆ ਇਹਦੇ ਉੱਪਰ ਸਟਾਰ ਲਗਾਵਾਂਗੇ ਜਿੰਨੇ ਮਤਲਬ ਇਹ ਡੈਕੋਰੇਟਿਵ ਜਿਹੇ ਹੋਣ ਜਿੰਨੇ ਜ਼ਿਆਦਾ ਸੋਹਣੇ ਹੋਣ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਉਹਨਾਂ ਨੂੰ ਜ਼ਿਆਦਾ ਪਸੰਦ ਲੱਗਦੇ ਨੇ ਇਸ ਕਰਕੇ ਆਪਾਂ ਥੋੜੇ ਜਿ ਸਟਾਰ ਇਹਦੇ ਉੱਪਰ ਇਸ ਤਰ੍ਹਾਂ ਲਗਾ ਦੇਵਾਂਗੇ ਚਾਕਲੇਟ ਦੇ ਉੱਪਰ ਲੋ ਜੀ ਅਸੀਂ ਸਟਾਰ ਲਗਾ ਕੇ ਤਿਆਰ ਕਰ ਦਿੱਤੇ ਆ ਹੁਣ ਅਸੀਂ ਇਹਨਾਂ ਨੂੰ ਫ੍ਰਿਜ ਵਿੱਚ ਰੱਖ ਦਵਾਂਗੇ ਠੰਡੇ ਠੰਡੇ ਜਿਆਦਾ ਸਵਾਦ ਲੱਗਦੇ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਹਾਂ ਫੇਰ ਤੁਹਾਨੂੰ ਅਗਲੀ ਵੀਡੀਓ 'ਚ